ਹਲਕਾ ਦੀਨਾਨਗਰ 'ਚ ਪੈਂਦੇ ਪਿੰਡ ਜੋਗਰ ਨੇੜੇ ਅਚਾਨਕ ਨੋਮਣੀ ਡਰੇਨ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਪੀ ਰਹੀਆਂ ਗੁੱਜਰ ਭਾਈਚਾਰੇ ਦੀਆਂ 4 ਮੱਝਾਂ ਰੋਣਨ ਕਾਰਨ ਜੋ ਪੁਲ ਹੇਠਾਂ ਫਸ ਕੇ 4 ਮੱਝਾਂ ਦੀ ਮੌਤ ਹੋ ਗਈ। ਜਿੱਥੇ ਇਸ ਸੰਬੰਧੀ ਜਾਣਕਾਰੀ ਦਿੰਦੇ ਗੁੱਜਰ ਫਿਰੋਜ਼ ਅਲੀ ਨੇ ਦੱਸਿਆ ਹੈ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਅੱਜ ਮੱਝਾਂ ਨੂੰ ਪਾਣੀ ਪਿਆ ਰਹੇ ਸੀ ਤਾਂ ਅਚਾਨਕ ਪਾਣੀ ਤੇਜ਼ ਹੋਣ ਕਾਰਨ ਪਾਣੀ ਦਾ ਪੱਧਰ ਵਧਣ ਕਾਰਨ 4 ਮੱਝਾਂ ਨੋਮਣੀ ਵਿੱਚ ਡਿੱਗ ਗਈਆਂ, ਜੋ ਪਾਣੀ ਦੇ ਪ੍ਰਭਾਵ ਹੇਠਾਂ ਆਉਣ ਕਾਰਨ ਬਣ ਰਹੇ ਪਿੰਡ ਜੋਗਰ ਤੋਂ ਸਾਂਦਰ ਪੁਲ ਦੇ ਵਿੱਚ ਫਸ ਗਈਆਂ, ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ, ਜਿਸ ਕਾਰਨ ਸਾਡਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ, ਜਿੱਥੇ ਪੀੜਿਤ ਕਿਸਾਨ ਨੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ। ਫਤਿਹ, ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿੰਡ ਜੋਗਰਾਂ ਦੇ ਵਿੱਚ ਇਹ ਹੜ੍ਹ ਦੀ ਸਥਿਤੀ ਜਿਹੜੀ ਤੁਸੀਂ ਮੌਜੂਦਾ ਦੇਖ ਸਕਦੇ ਹੋ। ਸਾਹਮਣੇ ਪੋਲਾ ਜਿੱਥੇ 4-5 ਸਾਲ ਤੋਂ ਕੰਮ ਲੱਗੇ ਦਾ, ਅੱਜ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚਿਆ, ਤੇ ਬੇਨਤੀ ਹੈ ਕਿ ਆਪਣੇ ਜਿਹੜੇ ਗੁੱਜਰ ਭਾਈਚਾਰੇ ਦੇ ਉਹ ਸਾਹਮਣੇ ਕੈਮਰਾਮੈਨ ਨੂੰ ਕਹਿਣਾ ਕਿ ਕੈਮਰਾ ਮਾਰੋ, ਤੇ ਉਹ ਗੁੱਜਰ ਭਾਈਚਾਰੇ ਸਾਰੇ ਪੁੱਲ ਨੇ, ਉਹਨਾਂ ਦੇ 4 ਡੰਗਰ ਜਿਹੜੇ ਪੁੱਲ ਦੇ ਥੱਲੇ ਆਣ ਕਰਕੇ ਡੁੱਬ ਗਏ ਤੇ ਮਰ ਮਰ ਕੇ ਤੇ ਅੱਗੇ ਰੁੜ ਗਏ ਨੇ। ਤੇ ਇੱਥੇ ਪਾਣੀ ਜਿਹੜਾ ਪਿੰਡ ਵਾਲੇ ਪਾਸੇ ਨੂੰ ਆ ਰਿਹਾ, ਪਾਣੀ ਦਾ ਵਹਾਅ ਜਿਹੜਾ ਪਿੰਡ ਵਾਲੇ ਪਾਸੇ ਨੂੰ ਆ ਰਿਹਾ, ਤੇ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਪਹੁੰਚ ਪਾਇਆ। ਤੇ ਉਸ ਤੋਂ ਬਾਅਦ ਜਿਹੜੀ ਆ ਪੁੱਲ ਜਿਹੜਾ ਆ ਉਹਦੇ ਕਰੈਕ ਆ ਰਹੇ ਨੇ, ਸ਼ੈਡਾਂ ਦੀਆਂ ਕੰਧਾਂ ਜਿਹੜੀਆਂ ਉਹ ਡਿੱਗਣ ਤੇ ਆ ਚੁੱਕੀਆਂ ਨੇ, ਤੇ ਪਾਣੀ ਦਾ ਵਹਾਅ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਆ, ਤੇ ਇਹਦਾ ਪ੍ਰਬੰਧ ਕੀਤਾ ਜਾਵੇ। ਇੱਥੇ ਮੱਝਾਂ ਪਾਣੀ ਪੀਣ ਆਈਆਂ ਨੋਮਣੀ 'ਚ, ਅਤੇ ਪੌਲ ਦਾ ਅੱਗੇ ਨਿਕਾਸ ਬਿਲਕੁਲ ਛੋਟਾ ਹੈ, ਜਿਹੜੀ ਤੇਜ਼ ਫਸ ਗਈ ਹੈ, ਜਿਹੜੀ ਬਾਹਰ ਨਹੀਂ ਨਿਕਲ ਸਕੀ, ਪੌਲ ਨੀਵਾਂ ਹੈ, ਪਾਣੀ ਦਾ ਵਹਾਅ ਜ਼ਿਆਦਾ ਹੋ ਗਿਆ, ਪਾਣੀ ਪਿੰਡਾਂ ਨੂੰ ਪੈ ਗਿਆ, ਅਤੇ ਮੱਝਾਂ ਵਿੱਚ ਫਸ ਗਈਆਂ, ਅਤੇ ਪਿੱਛੇ ਨਿਕਲ ਨਹੀਂ ਪਈਆਂ, 4 ਮੱਝਾਂ ਬਿਲਕੁਲ ਮੌਕੇ 'ਤੇ ਖਤਮ ਹੋ ਗਈਆਂ, ਅਤੇ ਬਾਕੀ ਮੱਝਾਂ ਲੋਕਾਂ ਨੇ ਪੈ ਪੂਏ ਤੋਂ ਬਚਾ ਲਈਆਂ। ਲਗਭਗ 3 ਲੱਖ ਦਾ ਨੁਕਸਾਨ ਹੈ ਸਰ, ਮੋਟੀਆਂ ਮੱਝਾਂ ਸ਼ੁਰੂ ਕਰਦੇ ਹੋ, ਸਾਡਾ ਜਿਹੜਾ ਨੁਕਸਾਨ ਸਾਨੂੰ ਦਿੱਤਾ ਜਾਵੇ, ਅਤੇ ਬਾਕੀ ਇਸ ਪੁੱਲ ਦਾ ਕੰਮ 3-4 ਸਾਲ ਤੋਂ ਲੱਗਦਾ ਹੈ, ਅਤੇ ਨਾ ਇਹਦਾ ਕੰਮ ਕੰਪਲੀਟ ਹੋਣਾ। ਪਾਣੀ ਉੱਧਰ ਦੇਖੋ ਸਾਡੇ ਘਰਾਂ 'ਚ ਪਾਣੀ ਵੜੇਦਾ, ਇੱਧਰ ਸਕੂਲਾਂ 'ਚ ਪਾਣੀ ਵੜੇਦਾ, ਅਤੇ ਸਫਾਈ ਨਹੀਂ, ਨਾਲ ਦੀ ਸਫਾਈ ਨਹੀਂ, ਪੁੱਲ ਦੀ ਸਫਾਈ ਨਹੀਂ, ਕੁਛ ਨਹੀਂ ਬਣਿਆ ਇੱਥੇ। ਧੰਨਵਾਦ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।